ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਐਸਡੀਐਮ ਦਫ਼ਤਰ ਗੜਸ਼ੰਕਰ ਵਿਖੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਐਸਡੀਐਮ ਹਰਵੰਸ ਸਿੰਘ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੋਰੋਨਾ ਮਹਾਮਾਰੀ ਸੰਬੰਧੀ ਮੌਜੂਦਾ ਹਾਲਾਤਾਂ ਅਤੇ ਪ੍ਰਬੰਧਾਂ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ ਗਿਆ, ਜਦਕਿ ਭਵਿੱਖ ਦੀ ਤਿਆਰੀ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਬਲਕਿ ਸਿਆਸਤ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਮਨੁੱਖਤਾ ਲਈ ਲੜਨ ਦਾ ਵੇਲਾ ਹੈ। ਇਸ ਮੌਕੇ ਉਹਨਾਂ ਮਿਸ਼ਨ ਫਤਿਹ ਸੰਬੰਧੀ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ। ਅਜੇ ਮਹਾਮਾਰੀ ਚੱਲ ਰਹੀ ਹੈਗੀ ਹੈ ਔਰ ਅੱਜ ਜਿਹੜੀ ICMR ਦੀ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਹਿਸਾਬ ਨਾਲ ਹਿੰਦੁਸਤਾਨ ਵਿੱਚ ਸਪੀਡ ਹੈਗੀ ਹੈ ਬਿਮਾਰੀ ਦੀ, ਉਹ ਕਹਿੰਦੇ ਨੇ ਨਵੰਬਰ 'ਚ ਆਊਗੀ ਅਤੇ ਅਜੇ ਤਾਂ ਆਪਾਂ ਜੂਨ 'ਚ ਹੈ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ 'ਚ ਪੰਜਾਬ ਫਿਰ ਵੀ ਬਚਿਆ ਰਿਹਾ ਹੈ, ਸੁਰੱਖਿਅਤ ਰਿਹਾ। ਉਹਨਾਂ ਨੇ ਬਹੁਤ ਠੀਕ ਪ੍ਰਸ਼ਾਸਨਿਕ ਫੈਸਲੇ ਦਿੱਤੇ ਨੇ, ਪਰ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ ਜੋ ਹਾਲ ਹੋ ਰਿਹਾ ਹੈ, ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਵਿੱਚ, ਬੰਬੇ 'ਚ, ਮਦਰਾਸ, ਹੈਦਰਾਬਾਦ, ਅਹਿਮਦਾਬਾਦ ਦੇ ਕੇਸ ਵੱਧਦੇ ਹੀ ਜਾ ਰਹੇ ਨੇ ਅਤੇ ਇਸ ਲਈ ਅੱਜ ਅਸੀਂ ਜਾਇਜ਼ਾ ਲੈਣ ਆਏ ਸੀਗੇ ਕਿਉਂਕਿ ਅੱਗੇ ਬਾਰਿਸ਼ਾਂ ਦਾ ਸਮਾਂ ਆ ਰਿਹਾ ਹੈਗਾ ਕਿ ਆਪਣੀ ਕੀ ਤਿਆਰੀ ਹੈਗੀ ਹੈ, ਕਿੰਨੇ ਹਸਪਤਾਲ ਦੇ ਵਿੱਚ ਬੈੱਡਸ ਨੇ, ਕਿੰਨੇ ਬੈੱਡਸ ਦੀ ਆਕਸੀਜਨ ਸਪੋਰਟ ਹੈਗੀ ਹੈ, ਹੋਰ ਜੇ ਪ੍ਰਸ਼ਾਸਨ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਚਾਹੀਦੀ ਹੋਵੇ ਉਹਦੇ ਵਾਸਤੇ ਇੱਕ ਪ੍ਰਸ਼ਾਸਨਿਕ ਮੀਟਿੰਗ ਗੋਲਡੀ ਜੀ ਨੇ ਔਰ ਮੈਂ ਕੀਤੀ ਸੀਗੀ। ਇਸ ਚੀਜ਼ ਦਾ ਜਾਇਜ਼ਾ ਲੈ ਸਰ, ਤੁਹਾਨੂੰ ਨਹੀਂ ਲੱਗਦਾ ਹੈ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਿਆਸਤ ਵੀ ਕੀਤੀ ਜਾ ਰਹੀ ਹੈ, ਜਿਹਨੂੰ ਸਿਮਟਮ ਕੋਈ ਮਾੜੇ ਮਾਮੂਲੀ ਜਿਹੇ ਵੀ ਹੋਣ ਉਹਨੂੰ ਵੀ ਕਰੋਨਾ ਵਾਇਰਸ ਦੱਸਿਆ ਜਾ ਰਿਹਾ, ਇਹਦੇ ਬਾਰੇ ਕੀ ਕਹੋ? ਦੇਖੋ, ਇੱਦਾਂ ਹੈ ਕਿ ਬਈ ਸਿਮਟਮ ਮਾਮੂਲੀ ਔਰ ਸਿਮਟਮ ਸੀਰੀਅਸ ਦੀ ਗੱਲ ਨਹੀਂ ਹੈਗੀ ਜੀ। ਜੇ ਟੈਸਟ ਦੇ ਵਿੱਚ ਕੋਈ ਪੋਜ਼ਿਟਿਵ ਆਊਗਾ ਤਾਂ ਉਹਨੂੰ ਤਾਂ COVID-19 ਦਾ ਪੇਸ਼ੈਂਟ ਕਰਾਰ ਦਿੱਤਾ ਹੀ ਜਾਊਗਾ। ਸੋ ਇਹ ਤਾਂ ਕਹਿ ਕੇ ਨੇ ਆਪਣਾ ਇਹਦੇ 'ਚ ਕੋਈ ਪੋਲੀਟਿਕਸ ਨਹੀਂ ਹੈਗੀ। 100 ਸਾਲ ਦੇ ਬਾਅਦ ਇਹ ਜੀ ਬਿਮਾਰੀ ਆਈ ਹੈ, ਬਿਮਾਰੀ ਦਾ ਕੋਈ ਇਲਾਜ ਨਹੀਂ ਹੈ, ਸਿਰਫ ਇਤਿਹਾਸ ਵਰਤਣਾ ਹੀ ਇਹਦਾ ਇੱਕ ਇਲਾਜ ਹੈ। ਔਰ ਪਿਛਲੇ 75-80 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ, ਸਾਰੇ ਪ੍ਰਸ਼ਾਸਨ ਨੇ, ਪੁਲਿਸ ਨੇ, ਜਿਹੜੇ ਫਰੰਟਲਾਈਨ ਹੈਲਥ ਵਰਕਰਸ ਨੇ, ਡਾਕਟਰਸ ਨੇ, ਆਪਣੀ ਕਾਲ ਆਫ ਡਿਊਟੀ ਤੋਂ ਅੱਗੇ ਵੱਧ ਕੇ, ਪੱਤਰਕਾਰਾਂ ਨੇ ਆਪਣੀ ਕਾਲ ਆਫ ਡਿਊਟੀ ਤੋਂ ਅੱਗੇ ਵੱਧ ਕੇ ਸੂਬੇ ਦੀ ਔਰ ਮਨੁੱਖਤਾ ਦੀ ਸੇਵਾ ਕੀਤੀ ਹੈਗੀ ਹੈ। ਬਹੁਤ ਸਾਰੀ ਸਮਾਜ ਸੇਵੀ ਸੰਸਥਾਵਾਂ ਨੇ, ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਉੱਘੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਰਾਸ਼ਨ ਵੰਡਣ ਦੇ ਵਿੱਚ ਬਹੁਤ ਮਦਦ ਕੀਤੀ ਹੈ। ਗੁਰਦੁਆਰਾ ਸਾਹਿਬ ਹੋ ਗਿਆ, ਮੰਦਿਰ ਹੋ ਗਏ, ਰਾਧਾ ਸਵਾਮੀ ਸਮੁਦਾਇ ਹੋ ਗਿਆ, ਬਾਕੀ ਸਮੁਦਾਇ ਹੋ ਗਏ, ਜਿਹਨੇ ਜਿਹਨੇ ਜਿੰਨਾ ਜਿੰਨਾ ਸਹਿਯੋਗ ਪਾ ਸਕਦਾ ਸੀਗਾ ਉਹ ਪਾਇਆ ਹੈਗਾ। ਪਰ ਇਹ ਬਿਮਾਰੀ ਅਜੇ ਖਤਮ ਨਹੀਂ ਹੋ ਚੱਲੀ ਹੈਗੀ ਹੈ ਅਤੇ ਇਸ ਲਈ ਇਸ ਬਿਮਾਰੀ 'ਚ ਠੱਲ ਪਾਉਣ ਵਾਸਤੇ ਔਰ ਜੇ ਕੋਈ ਬਿਮਾਰ ਹੋ ਜਾਏ ਉਹਨੂੰ ਜਲਦ ਤੋਂ ਜਲਦ ਹੈਲਥ ਚਿਕਿਤਸਾ ਮਿਲ ਸਕੇ ਉਹਨੂੰ ਰਿਵਿਊ ਕਰਨ ਵਾਸਤੇ ਅਸੀਂ ਮੀਟਿੰਗ ਕੀਤੀ ਸੀਗੀ। ਔਰ ਮੈਨੂੰ ਨਹੀਂ ਲੱਗਦਾ ਕਿ COVID-19 ਦੇ ਸਿਮਟਮਸ ਨੂੰ ਲੈ ਕੇ ਕੋਈ ਸਿਆਸਤ ਹੈ। ਅਸਰ ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।